ਮੈਂ ਜੀ ਤੁਹਾਡਾ ਆਪਣਾ ਹੋਸਟ ਬਾਬਾ ਜੀ। ਮੈਂ ਇਸ ਵੇਲੇ ਇੱਕ ਪ੍ਰਾਈਵੇਟ ਫਾਰਮ ਦੇ 'ਚ ਹਾਂ। ਬਹੁਤ ਅਰਸਾ ਪਹਿਲੇ ਮੈਂ ਇਹਦੇ 'ਤੇ ਕੰਮ ਕੀਤਾ ਸੀ ਅਤੇ ਅੱਜ ਮੈਂ ਦੁਬਾਰਾ ਇੱਥੇ ਆਇਆ ਵਾਂ। ਬੜੀ ਖੁਸ਼ੀ ਹੋ ਰਹੀ ਹੈ। ਇਹ ਪਾਕਿਸਤਾਨ ਦਾ ਮਸ਼ਹੂਰ ਤਰੀਨ ਰੈੱਡ ਬਲੇਡ ਔਰ ਰੂਬੀ ਬਲੇਡ, ਸ਼ਿਕਰੀ ਮਾਲਟਾ, ਤਮਾਮ ਵਰਾਇਟੀਜ਼ ਜਿਹੜੀਆਂ ਨੇ ਇੱਥੇ ਅਵੇਲੇਬਲ ਨੇ। ਇਹ ਤਕਰੀਬਨ ਕੋਈ 10 ਸਾਲ ਪਹਿਲੇ ਜਿਹੜਾ ਸੀ ਲਾਈਆਂ ਗਈਆਂ ਸੀ ਔਰ ਅੱਜ ਦੇਖੋ ਕਿੰਨਾ ਰਿਚ ਕਲਰ ਫਰੂਟ ਹੈ ਇਹਦੇ 'ਤੇ। ਔਰ ਮੈਂ ਇੱਥੇ ਦੁਬਾਰਾ ਵਿਜ਼ਿਟ ਵਾਸਤੇ ਆਇਆ ਤਾਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਮੈਨੂੰ ਦੇਖ ਕੇ ਕਿ ਵੀ ਮੈਂ ਇਹਨੂੰ ਸੁਪਰਵਾਈਜ਼ ਕੀਤਾ ਸੀ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਹੈਰੀਟੇਜ ਆਫ ਪਾਕਿਸਤਾਨ ਔਰ ਪੰਜਾਬ ਪੇਜ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਹਮਾਰੇ ਖਾਨੇ ਹਮਾਰੀ ਪਹਿਚਾਨ ਦੇ ਨਾਮ 'ਤੇ। ਇਹ ਦੇਖੋ ਕਿਸ ਕਦਰ ਰਿਚਨੈਸ ਹੈ ਫਰੂਟਸ ਦੀ ਔਰ ਕਿਸ ਕਦਰ ਖੂਬਸੂਰਤ ਹੈ ਇਹ ਮੰਜ਼ਰ, ਇਹ ਬਾਗ, ਇਹ ਸੋਹਣੇ ਇਸ ਸੰਡੇ ਮਾਰ ਡੈਮ 'ਤੇ ਕਿਨਾਰੇ 'ਤੇ ਵੇ ਦੇਖੋ ਕਿੰਨਾ ਰਿਚ ਫਰੂਟ ਹੈ ਇਹਦਾ। ਇਹ ਫਤਿਹ ਜੰਗ ਨੂੰ ਜਾਂਦੇ ਹੋਏ ਹਾਂ, ਰਾਹ ਦੇ ਵਿੱਚ ਫਾਰਮ ਹੈ। ਜ਼ਾਇਕੇ, ਖੁਸ਼ਬੂ ਔਰ ਟੇਸਟੀ 'ਚ ਔਰ ਮਿਠਾਸ 'ਚ ਇਸ ਮਾਲਟੇ ਦਾ ਕੋਈ ਜੋੜ ਨਹੀਂ ਹੈ। ਬੰਦਾ ਹੱਥੀ ਬੂਟੇ ਲਾਵੇ ਫਿਰ ਉਸਨੂੰ ਫਲ ਲੱਗੇ ਉਹ ਲੋਕ ਖਾਣ ਤਾਂ ਕਿੰਨਾ ਮਜ਼ਾ ਆਉਂਦਾ। ਹਮਾਰੇ ਖਾਨੇ ਹਮਾਰੀ ਪਹਿਚਾਨ, ਹੈਰੀਟੇਜ ਆਫ ਪਾਕਿਸਤਾਨ, ਪੰਜਾਬ ਪੇਜ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਸੇਵ ਹਿਸਟੋਰੀਕਲ ਪਲੇਸਿਸ ਆਫ ਦਾ ਪਾਕਿਸਤਾਨ, ਹਮਾਰੇ ਖਾਨੇ ਹਮਾਰੀ ਪਹਿਚਾਨ। ਵਾਹ ਕਿਆ ਬਾਤ ਹੈ। ਇਹ ਮੇਰਾ ਹੱਸਦਾ ਵੱਸਦਾ ਪੰਜਾਬ, ਇਹ ਮੇਰਾ ਹੱਸਦਾ ਵੱਸਦਾ ਪਾਕਿਸਤਾਨ। ਇਹ ਅੱਜ ਦੀ ਸੋਹਣੀ ਸ਼ਾਮ, ਫਤਿਹ ਜੰਗ, ਕੋਟ ਫਤਿਹ ਖਾਨ ਦੇ ਨਾਮ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ।